ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਪਾਲ ਸਿੰਘ ਜੀ ਹਾਂਜੀ, ਮੈਂ ਆਵਾਜ਼ ਤੋਂ ਟੀਵੀ ਵੱਲੋਂ ਬੋਲ ਰਿਹਾ। ਆਪਣੇ ਮੈਨੂੰ ਹੁਣੇ ਖਬਰ ਮਿਲੀ ਆ ਕਿ ਭਾਈ ਮੇਜਰ ਸਿੰਘ ਜੀ ਜਿਹੜੇ ਪੱਤਰਕਾਰ ਆ, ਉਹਨਾਂ ਨੇ ਕੋਈ ਪੁਲਿਸ ਨੇ ਉਹਨਾਂ ਨੂੰ ਕੁੱਟਿਆ, ਕਾਫੀ ਘਟਨਾ ਕੋਈ ਵਾਪਰੀ ਆ ਮੋਹਾਲੀ ਦੇ ਵਿੱਚ, ਕੀ ਹੋਇਆ? ਜੋ ਹੋਇਆ ਉਹਦੀ ਗੱਲ ਤਾਂ ਆਪਾਂ ਬਾਅਦ ਵਿੱਚ ਕਰਦੇ ਹਾਂ ਜੀ। ਅਸਲ ਵਿੱਚ ਪੁਲਿਸ ਦਾ ਜਿਹੜਾ ਘਿਨਾਉਣਾ ਚਿਹਰਾਵਾਦ ਤੇ ਪੰਜਾਬ ਦੇ ਵਿੱਚ ਪੁਲਿਸ ਨੂੰ ਕਿੰਨੀ ਮਤਲਬ ਇਹਨਾਂ ਨੇ ਇੰਨੀ ਤਾਕਤ ਦਿੱਤੀ ਹੋਈ ਆ, ਉਹਦਾ ਨਜ਼ਾਰਾ ਜਿਹੜਾ ਉਹ ਦੇਖਣ ਨੂੰ ਮਿਲਿਆ। ਉਹ ਜਿਹੜਾ ਮੈਂ ਹਰਜੀਤ ਸਿੰਘ ਆ ਕਰਕੇ ਇਹਨਾਂ ਨੇ ਪੁਲਿਸ ਨੂੰ ਸਿਰੇ ਚੜਾਇਆ ਸੀਗਾ, ਉਹ ਬਿਲਕੁਲ ਸਾਡੇ ਸਾਹਮਣੇ ਆ ਗਿਆ ਕਿ ਪੰਜਾਬ ਪੁਲਿਸ ਆ ਜਿਹੜੀ ਇਹਦਾ ਬੁੱਚੜ ਰਵੱਈਆ ਜਿਹੜਾ ਉਹ ਕਦੇ ਵੀ ਬਦਲ ਨਹੀਂ ਸਕਦਾ। ਜਿਹੜਾ ਤੁਸੀਂ ਸਵਾਲ ਕੀਤਾ ਉਹ ਇਹ ਹੈ ਕਿ ਗੁਰਦੁਆਰਾ ਚਾਰ ਫੇਸ ਦਾ ਕਲਗੀ ਧਰ ਗੁਰਦੁਆਰਾ ਸਿੰਘ ਸਭਾ, ਉਹਦੀ ਕੋਈ ਪ੍ਰਬੰਧਕੀ ਕਮੇਟੀ ਦਾ ਉਸ ਵਿਚ ਰੌਲਾ ਸੀ ਤੇ ਉਹ ਦੋ ਧੜੇ ਆਪਸ ਵਿਚ ਆਹਮੋ ਸਾਹਮਣੇ ਸੀ ਤੇ ਇਹ ਮੇਜਰ ਸਿੰਘ ਹੋਣੀ ਜਿਹੜੇ ਉੱਥੇ ਕਵਰੇਜ ਕਰਨ ਗਏ ਹੋਏ ਸੀਗੇ, ਕਿਉਂਕਿ ਸਿੱਖ ਗੁਰੂ ਘਰਾਂ ਦੀ ਕਵਰੇਜ ਆ ਜਿਹੜੀ ਇਹਨਾਂ ਨੂੰ ਆਮ ਤੌਰ ਤੇ ਬੁਲਾਉਂਦੇ ਨੇ, ਇਹ ਕਵਰੇਜ ਕਰਨ ਗਏ ਸੀ ਤੇ ਉਹ ਜਦੋਂ ਦੋਨੇ ਧੜੇ ਆ ਜਿਹੜੀ ਉਹਨਾਂ ਦੀ ਤਲਖੀ ਵੱਧ ਗਈ ਤੇ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਮੇਜਰ ਸਿੰਘ ਹੋਰਾਂ ਨੂੰ ਮਤਲਬ ਇੱਕ ਤਰ੍ਹਾਂ ਗ੍ਰਿਫਤਾਰ ਕਰਕੇ ਕਿਹਾ ਗੱਡੀ ਸੁੱਟ ਕੇ ਸਾਰੇ ਲੈ ਗਏ ਜੀ। ਅੱਛਾ ਜੀ। ਤੇ ਲਿਆ ਕੇ ਮੇਜਰ ਸਿੰਘ ਜੀ ਮਤਲਬ ਉਹਨਾਂ ਨੇ ਹਾਲਾਂਕਿ ਮਤਲਬ ਬਾਰ ਬਾਰ ਉਹਨੂੰ ਜਿਹੜਾ ASI ਸੀ ਮਤਲਬ ਕੀਤਾ ਉਹਨਾਂ ਦੇ ਬਾਰ ਬਾਰ ਉਹਨੂੰ ਕਿਹਾ ਵੀ ਮੈਂ ਤਾਂ ਪੱਤਰਕਾਰ ਹਾਂ ਤੇ ਉਹ ਇਸ ਦੇ ਬਾਵਜੂਦ ਵੀ ਮਤਲਬ ਉਹਨੇ ਡਾਂਗ ਫੜ ਲਈ ਤੇ ਮੇਜਰ ਸਿੰਘ ਨੂੰ ਮਤਲਬ ਉਹ ਡਾਂਗ ਆ ਜਿਹੜੀ ਉਹਦੇ ਤੇ ਭਰੋਲੀ ਸ਼ੁਰੂ ਕਰਤੀ ਅੱਗੋਂ ਵਾਹਿਗੁਰੂ ਕਰਦਾ ਰਿਹਾ ਤੇ ਇਹਦਾ ਕੋਈ ਨੀ ਦੇਖਣਾ ਤੇਰੇ ਵਾਹਿਗੁਰੂ ਜੀ। ਉਹਨੂੰ ਬਹੁਤ ਬੁਰੀ ਤਰ੍ਹਾਂ ਜਿਹੜੀ ਉਹਦੀ ਮਾਰਕੁੱਟ ਹੋਈ ਆ, ਉਹਦੀ ਅਸੁਰੱਖਿਅਤ ਪ੍ਰੈਸ ਆ ਜਿਹੜੀ ਉਹਨੇ ਸਖ਼ਤ ਨਿਖੇਧੀ ਕੀਤੀ ਵੀ ਆ ਤੇ ਕਿਉਂਕਿ ਸੋਮਵਾਰ ਨੂੰ ਰਮਜ਼ਾਨ ਦੀ ਕਰਕੇ ਛੁੱਟੀ ਆ, ਮੰਗਲਵਾਰ ਨੂੰ ਅਸੀਂ ਇਸ ਸੰਬੰਧ ਦੇ ਵਿੱਚ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਉਹ ਕਰਾਂਗੇ। ਹਾਂਜੀ ਭਾਈ ਜਸਪਾਲ ਸਿੰਘ ਜੀ, ਜਿੱਦਾਂ ਤੁਹਾਡੇ ਮਤਲਬ ਪਹਿਰੇਦਾਰ ਅਖਬਾਰ ਦੇ ਉਹ ਪੱਤਰਕਾਰ ਸੀਗੇ ਤੇ ਜਦੋਂ ਇਹ ਘਟਨਾ ਮਤਲਬ ਹਾਲੀ ਤੇ ਸਮਝਿਆ ਜਾਂਦਾ ਕਿ ਚੰਡੀਗੜ੍ਹ ਮੋਹਾਲੀ ਜਾਏ ਏਰੀਏ ਦੀ ਪੁਲਿਸ ਕਾਫੀ ਮਤਲਬ ਸੈਂਸੀਬਲ ਆ ਜਾਂ ਇਹੋ ਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ, ਫਿਰ ਇੱਕ ਪੱਤਰਕਾਰ ਦੇ ਨਾਲ ਇਹੋ ਜਿਹੀ ਘਟਨਾ ਵਾਪਰ ਜਾਣੀ ਕਿੰਨੀ ਦੁਖਦਾਈ ਹੈ? ਉਹ ਸਿਰਫ ਇਹੀ ਗੱਲ ਆ ਜਿਹੜੀ ਮੈਂ ਪਹਿਲਾਂ ਕਹੀ ਹੈ ਕਿ ਪੁਲਿਸ ਦਾ ਦਿਮਾਗ ਆ ਜਿਹੜਾ ਇਹਨਾਂ ਨੇ ਲੋੜ ਤੋਂ ਵੱਧ ਖਰਾਬ ਕਰਤਾ। ਉਹ ਆਪਣੇ ਆਪ ਨੂੰ ਮਤਲਬ ਜਿਹੜਾ ਮਤਲਬ ਕਹਿੰਦੇ ਕਿ ਰੱਬ ਤੋਂ ਬਾਅਦ ਸਾਡਾ ਹੀ ਦਰਜਾ ਸੀ, ਜੋ ਕੋਈ ਮਰਜ਼ੀ ਕਰਨੀ ਸਾਨੂੰ ਕੋਈ ਪੁੱਛਣ ਵਾਲਾ ਨੀ। ਤਾਜ਼ਾ ਇੱਕ ਸੁਣਾਈ ਹੋਈ ਹੈ ਕਿ ਜਲੰਧਰ ਦੀ ਇੱਕ ਅਦਾਲਤ ਦੇ ਵਿੱਚ ਉਹ ਜਿਹੜੀ ਗੱਡੀ ਚੜਾਤੀ ਸੀ ਇੱਕ ਥਾਣੇਦਾਰ ਤੇ, ਉਹ ਬੋਨਟ ਤੇ ਲੇਟ ਗਿਆ ਸੀ ਤਾਂ ਉਹ ਜਿਹੜਾ ਥਾਣੇਦਾਰ ਆ ਉਹ ਅਦਾਲਤ ਚ ਪੇਸ਼ ਹੋਇਆ ਤੇ ਅਦਾਲਤ ਨੇ ਉਹਨੂੰ ਪੁੱਛਿਆ ਵੀ ਤੂੰ ਮਾਰ ਰਿਹਾ ਕੁੱਟਿਆ ਕਿਉਂ ਭਾਈ? ਕਹਿੰਦਾ ਜੀ ਮੇਰਾ ਅਧਿਕਾਰ ਆ ਇਹ। ਅਦਾਲਤ ਚ ਉਹਨੇ ਇਹ ਗੱਲ ਕਹੀ ਕਿ ਮੇਰਾ ਅਧਿਕਾਰ ਆ ਮਾਰਨਾ ਕੁੱਟਣਾ। ਪੁਲਿਸ ਵਾਲਾ ਤੁਸੀਂ ਦੇਖ ਲਓ ਵੀ ਦਿਮਾਗ ਕਿੱਥੋਂ ਤੱਕ ਖਰਾਬ ਹੋ ਗਿਆ। ਸੋ ਉਹਦੀ ਜਿਹੜੀ ਦਰਾਈ ਆ ਜਿਹੜੀ ਉਹ ਮੇਜਰ ਸਿੰਘ ਹੋਰਾਂ ਤੇ ਵਾਪਰੀ ਆ। ਹਾਂਜੀ, ਮਤਲਬ ਜਿੱਦਾਂ ਤੁਸੀਂ ਗੱਲ ਦੱਸੀ ਜਲੰਧਰ ਵਾਲੀ ਥਾਣੇਦਾਰ ਦੀ, ਵੀ ਇਹ ਹਰ ਪੁਲਿਸ ਵਾਲਾ ਇਹ ਆਪਣਾ ਮਤਲਬ ਜੱਦੀ ਅਧਿਕਾਰ ਸਮਝਦਾ ਵੀ ਮੈਂ ਜਿਹਨੂੰ ਮਰਜ਼ੀ ਕੁੱਟ ਮੈਂ ਜੋ ਮਰਜ਼ੀ ਕਰ ਸਕਦਾ, ਜਿਵੇਂ ਮਰਜ਼ੀ ਕੁੱਟ ਮਾਰ ਸਕਦਾ। ਤੁਸੀਂ ਹੁਣ ਦੇਖੀਆਂ ਹੋਣੀਆਂ ਨੇ ਜਿਹੜੀਆਂ ਵੀਡੀਓ ਵਾਇਰਲ ਹੋਈ ਆ, ਕਿੰਨੀਆਂ ਉਹਦੇ ਮਤਲਬ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਮੇਜਰ ਸਿੰਘ ਹੋਰਾਂ ਦੇ। ਮਤਲਬ ਸਿਆਣਾ ਬੰਦਾ ਵਾ, ਕੋਈ ਇਹ ਵੀ ਨੌਜਵਾਨ ਮੁੰਡਾ ਖੁੰਡਾ ਵਾ, ਅਕਸਰ ਨੂੰ ਕੁਛ ਤਾਂ ਬੰਦਾ ਦੇਖਦਾ ਹੀ ਹੈ ਨਾ। ਫਿਰ ਉਹ ਬਾਰ ਬਾਰ ਉਹਨੂੰ ਕਹਿ ਰਿਹਾ ਵੀ ਮੈਂ ਭਾਈ ਪੱਤਰਕਾਰ ਆ, ਮੈਂ ਭਾਈ ਪੱਤਰਕਾਰ ਆ। ਜਦੋਂ ਉਹ ਮਾਰ ਰਿਹਾ ਤਾਂ ਉਹ ਵਾਹਿਗੁਰੂ ਕਹਿ ਰਿਹਾ, ਫਿਰ ਵੀ ਉਸਦੇ ਬਾਵਜੂਦ ਤੇ ਇੰਨਾ ਤਸ਼ੱਦਦ ਹੋਣਾ ਵਾ ਜਿਹੜਾ, ਉਹ ਇਹ ਗੱਲ ਦਿਖਾਈ ਦੇ ਰਹੀ ਹੈ ਕਿ ਇਹਨਾਂ ਦੇ ਦਿਮਾਗ ਤੰਗ ਹੋਏ ਹੋਏ ਨੇ। ਤੇ ਆਪਣੇ ਭਾਈ ਜਸਪਾਲ ਸਿੰਘ ਜਿਹੜੇ ਇਸ ਵੇਲੇ ਹੁਣ ਮੇਜਰ ਸਿੰਘ ਹੁਣੀ ਕਿੱਥੇ ਆ? ਉਹ 6 ਫੇਸ ਦਾ ਸਰਕਾਰੀ ਹਸਪਤਾਲ ਆ ਜੀ, ਉੱਥੇ ਦਾਖਲ ਨੇ। ਅੱਛਾ ਜੀ। ਤੇ ਉਹਨਾਂ ਨੂੰ ਮੁੱਢਲੀ ਟ੍ਰੀਟਮੈਂਟ ਤਾਂ ਦਿੱਤੀ ਗਈ ਆ, ਕੱਲ ਉਹਨਾਂ ਦੇ ਐਕਸਰੇ ਵਗੈਰਾ ਹੋਣਗੇ, ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਮਤਲਬ ਕਾਰਵਾਈ ਕਰਦੀ ਆ ਤੇ ਨਹੀਂ, ਤੇ ਫਿਰ ਮੰਗਲਵਾਰ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਜਿਹੜਾ ਉਹ ਤਾਂ ਕਰਨ ਜਾ ਹੀ ਰਹੇ ਆ। ਇਹ ਜਿਹੜੀਆਂ ਫੋਟੋ ਦੇਖੀਆਂ ਉਹਦੇ ਤੇ ਉੱਤੇ ਲੱਗਦਾ ਵੀ ਕਾਫੀ ਉਹਨਾਂ ਦੇ ਸੱਟਾਂ ਵੀ ਲੱਗੀਆਂ, ਲਾਸ਼ਾਂ ਸ਼ਰੇਆਮ ਦੇ ਸੱਟਾਂ ਲੱਗੀਆਂ। ਹਾਂਜੀ, ਦਰਦੀਆਂ ਤੇ ਪਿੱਛੇ ਜੇ ਉਹ ਬੈਠੀ ਸੰਭਾ ਵਾਲੀ ਡਾਂਗ ਆ ਜਿਹੜੀ ਉਹ। ਹਾਂਜੀ, ਪਿੱਛੇ ਜੇ ਪੈਸੇ ਵੀ ਢਿੱਲੇ ਜਾ ਰਹੇ ਕਾਫੀ ਚਿਰ, ਉਹ ਜਿੱਦਾਂ ਮਤਲਬ ਸਿਹਤ ਨਹੀਂ ਸੀ ਬਾਲੀ। ਤੇ ਇਹੋ ਜਿਹੇ ਹਾਲਾਤਾਂ ਜੇ ਫੇਰ ਪੱਤਰਕਾਰਾਂ ਤੇ ਮਤਲਬ ਜਿਹੜਾ ਬੰਦਾ ਕਹਿ ਵੀ ਰਿਹਾ ਉਹਦੇ ਤੇ ਹੋਣਾ, ਤੇ ਤੁਸੀਂ ਆਖਿਰ ਦੇ ਵਿੱਚ ਜਿੱਦਾਂ ਕੀ ਕਹਿਣਾ ਚਾਹੋਗੇ ਬੇ ਪੰਜਾਬ ਪੁਲਿਸ ਦੀ ਜਿਹੜੀ ਇਹਨੂੰ ਨੱਥ ਕਿੱਦਾਂ ਪੈ ਸਕਦੀ ਹੈ, ਕਿੱਦਾਂ ਪਾਉਣੀ ਚਾਹੀਦੀ ਹੈ? ਦੇਖੋ ਜੀ, ਨੱਥ ਸਰਕਾਰ ਨੇ ਪਾਉਣੀ ਹੁੰਦੀ ਆ, ਸਰਕਾਰ ਚਾਹੁੰਦੀ ਨੀ, ਸਰਕਾਰ ਨੇ ਖੁੱਲੀ ਛੁੱਟ ਦਿੱਤੀ ਹੋਈ ਆ। ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਤੁਹਾਨੂੰ ਬੋਲਣ ਦੀ, ਲਿਖਣ ਦੀ, ਆਪਣੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਆ ਜਿਹੜੀ, ਉਹ ਬਿਲਕੁਲ ਕਿਸੇ ਕੀਮਤ ਤੇ ਇਹ ਸਰਕਾਰਾਂ ਨੇ ਦੇਣ ਲਈ ਤਿਆਰ ਨਹੀਂ, ਤੇ ਉਹਦੇ ਲਈ ਇਹਨਾਂ ਦਾ ਜਿਹੜਾ ਇਹਨਾਂ ਕੋਲ ਜਾਲਮ ਹਥਿਆਰ ਆ ਪੁਲਿਸ, ਉਹਨੂੰ ਇਹ ਹਮੇਸ਼ਾ ਵਰਤਦੇ ਤੇ ਵਰਤ ਰਹੇ ਨੇ।
ठीक है जी, धन्यवाद जी अपने जसपाल सिंह जी, तुसी जिहड़े अपने विचार दिते, मेहरबानी जी, बहुत बहुत वाहिगुरु जी का खालसा। बहुत बहुत धन्यवाद, तुसी मौके ते इस गल दा नोटिस ले, बहुत धन्यवाद तुहाडा। ओके, वाहिगुरु जी का खालसा, वाहिगुरु जी की फतेह। खालसा वाहिगुरु जी की फतेह।